ਦੇਸ਼ ਦੀ ਮੋਦੀ ਸਰਕਾਰ ਖਿਲਾਫ਼ ਵੱਖ ਵੱਖ ਪਾਰਟੀਆਂ ਵੱਲੋਂ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਅਤੇ CPI ਅਤੇ ਹੋਰ ਪਾਰਟੀਆਂ ਨੇ ਇਕੱਠੇ ਹੋ ਕੇ ਬਣਾਇਆ ਇੰਡੀਆ ਗੱਠਜੋੜ ਨੇ ਅੱਜ ਪੂਰੇ ਦੇਸ਼ ਦੇ ਜ਼ਿਲ੍ਹਾ ਹੈੱਡਕੁਆਟਰਾਂ ਵਿੱਚ ਮੋਦੀ ਸਰਕਾਰ ਦੇ ਖਿਲਾਫ਼ ਧਰਨੇ ਪ੍ਰਦਰਸ਼ਨ ਦੀ ਕਾਲ ਕੀਤੀ, ਜਿਸ ਤਹਿਤ ਫਾਜ਼ਿਲਕਾ ਵਿੱਚ ਵੀ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਵੱਲੋਂ ਧਰਨਾ ਦਿੱਤਾ ਗਿਆ। ਇੱਥੇ ਵੱਡੀ ਗੱਲ ਰਹੀ ਕਿ ਪੰਜਾਬ ਕਾਂਗਰਸ ਵੱਲੋਂ ਇੰਡੀਆ ਗੱਠਜੋੜ ਦਾ ਹਿੱਸਾ ਨਾ ਆਉਂਦਾ ਦਮ ਭਰਿਆ ਜਾਂਦਾ ਹੈ, ਪਰ ਫਾਜ਼ਿਲਕਾ ਦੇ ਜ਼ਿਲ੍ਹਾ ਹੈੱਡਕੁਆਟਰ ਵਿੱਚ ਇੰਡੀਆ ਗੱਠਜੋੜ ਦਾ ਮੇਲ ਵੇਖਣ ਨੂੰ ਮਿਲਿਆ, ਜਿੱਥੇ ਕਾਂਗਰਸ ਪਾਰਟੀ ਦੇ ਸਾਬਕਾ MP ਸਰਦਾਰ ਸ਼ੇਰ ਸਿੰਘ ਘੁਬਾਇਆ ਅਤੇ ਇੰਡੀਆ ਗੱਠਜੋੜ ਦੇ ਹਿੱਸਾ CPI ਪਾਰਟੀ ਦੇ ਮੈਂਬਰ ਹੰਸਰਾਜ ਗੋਲਡਨ ਸਮੇਤ ਇਕੱਠੇ ਬੈਠੇ ਅਤੇ ਇਹਨਾਂ ਨੇ ਇਕੱਠੇ ਤੌਰ 'ਤੇ ਦੇਸ਼ ਦੀ ਮੋਦੀ ਸਰਕਾਰ ਦੇ ਖਿਲਾਫ਼ ਨਾਰਾ ਬੁਲੰਦ ਕੀਤਾ ਅਤੇ ਦੇਸ਼ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਹੋਰ ਮੋਦੀ ਸਰਕਾਰ ਦਾ ਪੁਤਲਾ ਫੂਕਦੇ ਹੋਏ ਇੰਡੀਆ ਗੱਠਜੋੜ ਦੇ ਮੈਂਬਰਾਂ ਨੇ ਕੀ ਕੁਝ ਕਿਹਾ, ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ। ਸਾਰੀਆਂ ਪਾਰਟੀਆਂ ਉਸ ਪਹਿਲਾਂ ਤੋਂ ਸਰਕਾਰ ਦੀ ਸੁਪਨਾ ਕਰ ਰਹੇ ਨੇ ਕਰਕੇ ਰੋਸ ਰੂਪ ਦੇ ਵਿੱਚ ਇਸ ਪੁਤਲੇ ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਕੇਂਦਰ ਸਰਕਾਰ ਮੋਦੀ ਸਰਕਾਰ ਮੁਰਦਾਬਾਦ। ਕਾਨੂੰਨ ਤੇ ਜਿਹੜੀ ਪਾਰਲੀਮੈਂਟ ਦੇ ਵਿੱਚ ਜਿਸ ਤਰ੍ਹਾਂ ਦੇ ਕਾਨੂੰਨ ਬਣਾਏ ਜਾ ਰਹੇ, 153 ਮੈਂਬਰ ਨੂੰ ਸਸਪੈਂਡ ਕਰਕੇ ਆਪ ਉਧਰੇ ਹੀ ਉਹਨਾਂ ਨੇ ਜਿਹੜੇ ਕਾਨੂੰਨ ਪਾਸ ਕਰਤੇ ਹੈ, ਔਰ ਅੱਜ ਤੋਂ ਇਤਿਹਾਸ ਵਿੱਚ ਕਦੇ ਵੀ ਨਹੀਂ ਹੋਇਆ ਕਿ ਇੰਨੇ ਮੈਂਬਰ ਪਾਰਲੀਮੈਂਟ ਨੂੰ ਬਿਨਾਂ ਕਿਸੇ ਕਾਰਨ ਤੋਂ ਉਹਨਾਂ ਨੂੰ ਸਸਪੈਂਡ ਕਰਤਾ ਜਾਵੇ, ਪਾਰਲੀਮੈਂਟ 'ਚ ਬਾਹਰ ਕਰਤਾ ਜਾਵੇ। ਇਹੋ ਤਰ੍ਹਾਂ ਦੀ ਜਿਹੜੀ ਇੱਕ ਡੈਮੋਕ੍ਰੇਸੀ ਦੇ ਵਿੱਚ ਪਹਿਲੀ ਉਦਾਹਰਣ ਇਸ ਵਾਰੀ ਪੈਦਾ ਹੋਈ ਹੈ, ਅਤੇ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਅੱਜ ਦੇਸ਼ ਦੇ ਸਾਰੇ ਲੋਕ ਜਿਹੜੇ ਇਕੱਠੇ ਹੋ ਰਹੇ, ਇੰਡੀਆ ਗੱਠਜੋੜ ਜਿਹੜਾ ਬਣਿਆ ਉਹਦੇ ਵਿੱਚ ਮੋਦੀ ਨੂੰ 24 ਦੀਆਂ ਇਲੈਕਸ਼ਨਾਂ ਦੇ ਵਿੱਚ ਸਬਕ ਸਿਖਾਉਣ ਵਾਸਤੇ ਇਕੱਠੇ ਹੋਏ, ਅਤੇ ਅੱਜ ਪਾਰਟੀ ਵੱਲੋਂ ਥੋੜ੍ਹੇ ਸਮੇਂ ਦੇ ਨੋਟਿਸ 'ਤੇ ਉਦੇਸ਼ ਹੋਇਆ ਸੀ ਕਿ ਮੋਦੀ ਨੇ ਡਿਸਟ੍ਰਿਕਟ ਹੈੱਡਕੁਆਟਰ ਦੇ ਉੱਪਰ ਆਪਾਂ ਸਾਰਿਆਂ ਦੇ ਪੁਤਲੇ ਸਾੜਨੇ ਨੇ, ਇਹਦੇ ਪੁਤਲੇ ਨੂੰ ਸਾੜਨਾ, ਸਾਰੀਆਂ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਇਕੱਠੀਆਂ ਹੋ ਕੇ ਅੱਜ ਇੱਥੇ ਪੁਤਲਾ ਸਾੜਿਆ। ਇਸ ਤੋਂ ਅੱਗੇ ਅਸੀਂ ਸਾਰੇ ਇਕੱਠੇ ਹੋ ਕੇ ਚੱਲਾਂਗੇ ਤਾਂ ਮੋਦੀ ਨੂੰ ਸਰਕਾਰ ਤੋਂ ਉਲਾਂਭੇ ਕੀਤਾ ਜਾਏਗਾ। ਇਸ ਕਰਕੇ ਇਹ ਸਾਰੀਆਂ ਜਿਹੜੀਆਂ ਪਾਰਟੀਆਂ ਸਾਰੀਆਂ ਇਕੱਠੀਆਂ ਇੱਕਜੁੱਟ ਹੈ, ਇਸ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਵਿੱਚ ਸਾਰੇ ਇਕੱਠੇ ਏਕਤਾ ਦਾ ਸੂਤ ਦਿੱਤਾ ਹੈ ਸਾਰੀਆਂ ਪਾਰਟੀਆਂ ਦਾ, ਮੈਂ ਬਹੁਤ ਬਹੁਤ ਧੰਨਵਾਦ। ਸਸਪੈਂਡ ਅੱਜ ਤੱਕ ਪਾਰਲੀਮੈਂਟ ਦੇ ਵਿੱਚ ਜਿਸ ਤਰ੍ਹਾਂ ਦੀ ਘੁਸਪੈਠ ਹੋਈ ਹੈ, ਜਿਸ ਤਰ੍ਹਾਂ ਦੇ 2-3 ਆਦਮੀਆਂ ਨੇ ਜਾ ਕੇ ਉੱਥੇ ਪਤਾ ਨਹੀਂ ਉਹਨਾਂ ਦੇ ਕੋਲ ਕਿਸ ਤਰ੍ਹਾਂ ਦਾ ਰੂਸ ਸੀ ਕੀ ਸੀਗਾ, ਅੰਦਰ ਐਂਟਰ ਹੋ ਗਏ, ਇਹ ਕਿਵੇਂ ਹੋਏ, ਉਹ ਵੀ ਉਹਨਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਦੇ ਸੈਨਾ ਦੇ ਨਾਲ ਪਾਸ ਬਣ ਕੇ ਗਿਆ, ਉਹ BJP ਦਾ ਕੀ ਮੈਂਬਰ ਸੀ ਜਿਹਨੇ ਉਹ 2 ਆਦਮੀਆਂ ਨੂੰ ਪਾਸ ਬਣਵਾ ਕੇ ਪਾਰਲੀਮੈਂਟ 'ਚ ਜਾਣ ਦੀ ਇਜਾਜ਼ਤ ਦਵਾਈ, ਅਤੇ ਉਹਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ, ਅਤੇ ਪਾਰਟੀ ਦੇ ਸਾਰੀਆਂ ਪਾਰਟੀਆਂ ਦੇ ਲੋਕ ਗ੍ਰਹਿ ਮੰਤਰੀ ਤੋਂ ਇਹ ਪੁੱਛਣਾ ਚਾਹੁੰਦੇ ਸੀ, ਬਿਆਨ ਲੈਣਾ ਚਾਹੁੰਦੇ ਸੀ ਕਿ ਸਟੇਟਮੈਂਟ ਦੇਣ ਕੇ ਇਹਨਾਂ ਦੇ ਖਿਲਾਫ਼ ਕੀ ਕਾਰਵਾਈ ਕਰੋਗੇ।
ਉਹ ਉਹਨਾਂ ਨੇ ਸਟੇਟਮੈਂਟ ਦੇਣ ਦੀ ਬਜਾਏ ਉਹਨਾਂ ਮੈਂਬਰਾਂ ਨੂੰ ਸਾਰਿਆਂ ਨੂੰ ਸਸਪੈਂਡ ਕਰਤਾ ਤਾਂ ਕਿ ਸਾਡੇ ਖਿਲਾਫ਼ ਕੋਈ ਇੱਥੇ ਕੋਈ ਮੂਲ ਆਵਾਜ਼ ਨਾ ਉਠਾ ਸਕੇ। ਇਸ ਕਰਕੇ ਸਾਰੀ ਜਿਹੜੀ ਇਹ ਸਥਿਤੀ ਹੈ ਅੱਜ ਦੇਸ਼ ਦੇ ਵਿੱਚ ਡਾਵਾਂਡੋਲ ਹੈ। ਪਾਰਲੀਮੈਂਟ ਦੇ ਮੈਂਬਰ ਇੰਨੇ ਲੱਖਾਂ ਦੀ ਗਿਣਤੀ ਜਿੱਤ ਕੇ ਜਾਂਦੇ ਹੈ ਅਤੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਮਾੜੀਆਂ ਜਿਹੀਆਂ ਕਰਤੂਤਾਂ ਮੋਦੀ ਦੀਆਂ ਕੈਪਚਰ ਕਰਨਾ ਚਾਹੁੰਦਾ ਕਿ ਦੇਸ਼ 'ਚ ਇੱਕੋ ਮੇਰਾ ਹੀ ਕਬਜ਼ਾ ਹੋਵੇ ਅਤੇ ਉਸ 'ਤੇ ਉਲਟ ਜਿਹੜੇ ਅਸੀਂ ਸਾਰੇ ਉਹ ਹਾਈਕਮਾਂਡ ਨੇ ਜੋ ਕਰਨਾ ਹੋ ਸਕਦਾ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਦੇਣ, ਹੋ ਸਕਦਾ ਕਿਸੇ ਹੋਰ ਨੂੰ ਬਣਾ ਦੇਣ, ਉਹ ਤਾਂ ਜਿਹੜਾ ਉਹਨਾਂ ਦੀ ਪਾਰਟੀਆਂ ਦਾ ਫੈਸਲਾ ਹੋਏਗਾ ਉਹਦੇ ਮੁਤਾਬਕ। ਇੱਕ ਬੰਦਾ ਇਹ ਇਕੱਲੀ ਕਾਂਗਰਸ ਦੇ ਵਾਸਤੇ ਦਾ ਰੋਗ ਨਹੀਂ, ਇੰਡੀਆ ਅਲਾਇੰਸ ਬਣਿਆ ਉਹ ਤੈਅ ਕਰਨੇ ਕਿਹਨੇ ਪ੍ਰਧਾਨ ਮੰਤਰੀ ਬਣਨੇ। ਗੋਲਡਨ ਜੀ, ਜਿਵੇਂ ਇੰਡੀਆ ਗਠਜੋੜ ਬਣਿਆ ਸਾਰੀਆਂ ਪਾਰਟੀਆਂ ਮੋਦੀ ਦੇ ਖਿਲਾਫ ਕਾਰਵਾਈ ਕਰ ਰਹੀਆਂ, ਤੁਸੀਂ ਕਿੰਨਾ ਕੁ ਵਿਰੋਧ ਚੱਲੋਗੇ ਇੰਡੀਆ ਗਠਜੋੜ ਦੇ ਵਿੱਚ ਚੱਲੋਗੇ? ਇਹ ਤਾਂ ਚਿਹਰਿਆਂ ਦੀ ਰਾਜਨੀਤੀ ਕਰਕੇ ਮੁੱਦਿਆਂ ਨੂੰ ਫਟਕਾ ਰਹੇ ਆ। ਇੰਡੀਆ ਗਠਜੋੜ ਜਿਹੜਾ ਬਣਿਆ ਜੀ ਬਕਾਇਦਾ ਫਿਰਕਾ ਪ੍ਰਸਤ ਦੇ ਨਾਂ 'ਤੇ, ਜਿਹੜਾ ਮੋਦੀ ਨੇ ਜੋ ਚਲਾ ਰਿਹਾ ਸਾਰਿਆਂ ਦੇ ਸਾਹਮਣੇ ਹੈ, ਪ੍ਰੈਸ ਦੇ ਸਾਹਮਣੇ ਹੈ, ਸਾਰੀ ਦੁਨੀਆ ਦੇ ਸਾਹਮਣੇ ਹੈ, ਜੋ ਕੁਛ ਕਰ ਰਿਹਾ ਉਹਦੇ ਖਿਲਾਫ਼ ਜਿਹੜਾ ਇੰਡੀਆ ਗਰੁੱਪ ਬਣਿਆ ਅਲਾਇੰਸ ਹੋਇਆ ਹੈ, ਉਹ ਹੀ ਜਿਹੜਾ ਆਉਣ ਵਾਲੇ ਦਿਨਾਂ 'ਚ ਫਾਈਟਿੰਗ ਦੇ ਸਕੇਗਾ, ਤਾਂ ਹੀ ਲੋਕਾਂ ਦਾ ਜਿਹੜਾ ਜਿਹੜੇ ਦੱਬੇ ਕੁਚਲੇ ਨੇ ਜਾਂ ਜੋ ਲੋਕ ਲੋੜਵੰਦ ਨੇ ਉਹਨਾਂ ਦੀ, ਤਾਂ ਹੀ ਜਿਹੜੀ ਪੂਰਾ ਕੰਮ ਸਾਰਾ ਕੰਮ ਠੀਕ ਹੋ ਸਕਦਾ ਹੈ। ਕਿਉਂਕਿ ਦੇਸ਼ ਇਸ ਵੇਲੇ ਗੰਭੀਰ ਸਥਿਤੀ 'ਚ ਗੁਜ਼ਰ ਰਿਹਾ ਅਤੇ ਜਮਹੂਰੀਅਤ ਨੂੰ ਜਿੰਨਾ ਅੱਜ ਖਤਰਾ ਆ, ਜਿਹੜੇ ਮਨੀਪੁਰ 'ਚ ਜੋ ਕੁਝ ਕਰਕੇ ਆਏ ਆ ਉਹ ਸਾਰਾ ਕੁਛ ਮੁੱਦਿਆਂ ਨੂੰ ਪਟਕਾ ਰਹੇ ਆ ਅਤੇ ਹੋਰ ਪਾਸੇ ਨੂੰ ਲੈ ਕੇ ਜਾ ਰਹੇ ਆ, ਦੇਸ਼ ਦੇ ਸਾਰੇ ਜਨਤਕ ਅਦਾਰੇ ਵੇਚੇ ਜਾ ਰਹੇ ਕੌਡੀਆਂ ਨੇ ਪਾ, ਔਰ ਉਹਦੇ ਬਾਰੇ ਕੋਈ ਉਹ ਗੱਲ ਨਹੀਂ ਕਰਨਾ ਚਾਹੁੰਦੇ। ਪਾਰਲੀਮੈਂਟ ਦੇ ਅੰਦਰ ਵੀ ਕੋਈ ਕਿਹੜਾ ਸਵਾਲ ਪੁੱਛੇ ਉਹਨੂੰ ਬਾਹਰ ਕੱਢ ਦਿੱਤਾ ਜਾਵੇ, ਕਿ ਹੁਣ ਇਹ ਦੱਸਣ ਵੀ 145 ਵਿੱਚੋਂ ਇਹ ਹਿੰਦੂ ਬਣਾ ਕਿੰਨੇ ਸੀ ਐਮ ਪੀ, ਜਿਸ ਤਰ੍ਹਾਂ ਦਾ ਹਿੰਦੂ ਮੁਸਲਮਾਨਾਂ ਦਾ ਰੋਲਾ ਪਾ ਕੇ ਲੋਕਾਂ ਦੇ ਵਿੱਚ ਲੈ ਕੇ ਜਾਂਦੇ ਆ। ਦਰਅਸਲ ਜਿਹੜਾ ਸਾਰਾ ਕੁਝ ਕਾਰਪੋਰੇਟਾਂ ਨੂੰ ਵੇਚ ਰਹੇ ਆ, ਦੇਸ਼ ਦੇ ਅੰਦਰ ਮਹਿੰਗਾਈ ਵੱਧ ਗਈ ਆ, ਇੰਨੀ ਬੁਰੀ ਹਾਲਤ ਆ, ਲੋਕਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਆ, ਲਗਾਤਾਰ ਡਾਊਨ ਹੋ ਰਹੀ ਆ, ਤੋ ਸਵਾਲ ਵੀ ਜਿਹੜਾ ਪੁੱਛਦਾ ਉਹਨੂੰ ਗੈਰ ਕਾਨੂੰਨੀ ਸਮਝਦੇ ਆ। ਇਸ ਕਰਕੇ ਅੱਜ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਚਾਉਣ ਦਾ ਸਵਾਲ ਆ ਅਤੇ ਦੇਸ਼ ਨੂੰ ਮਤਲਬ ਦੀ ਇਹਦੀ ਜਮਹੂਰੀਅਤ ਨੂੰ ਬਚਾਉਣ ਦਾ ਸਵਾਲ ਆ। ਇਸ ਕਰਕੇ ਇੰਡੀਆ ਗਠਜੋੜ ਨੇ ਜਿਹੜਾ ਅੱਜ ਦਾ ਸੱਦਾ ਦਿੱਤਾ ਸਾਰੇ ਦੇਸ਼ ਦੇ ਅੰਦਰ ਇਹ ਸ਼ੋਰਟ ਰੋਡ ਦੇ ਹੈੱਡਕੁਆਟਰ ਦੇ ਉੱਪਰ ਜਿਹੜਾ ਆ ਉਹ ਕੇਂਦਰ ਸਰਕਾਰ ਦੇ ਅੱਜ ਜਿਹੜੇ ਪੁਤਲੇ ਸਾੜੇ ਗਏ ਆ, ਆਉਣ ਵਾਲੇ ਸਮਾਂ ਵਿੱਚ ਇਹ ਕੰਟੀਨਿਊ ਜਿਹੜੇ ਆ ਐਕਸ਼ਨ ਜਿਹੜੇ ਆ ਪਾਰਲੀਮੈਂਟ ਚੋਣਾਂ ਤੱਕ ਰਹਿਣਗੇ। ABN ਨਿਊਜ਼ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ ABN ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰੇਂ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ। ਜੈ ਹਿੰਦ ਜੈ ਭਾਰਤ।